ਮਹਿਲਾ ਟੀਚਰ ਦਾ ਅਜੀਬ ਫਰਮਾਨ ਬਾਥਰੂਮ ਨਾ ਜਾਣਦੇ ਸਟੂਡੈਂਟਸ ਨੂੰ ਦੇ ਰਹੀ ਹੈ ਵਾਤੂ ਮਾਰਕਸ ਪੇਸ਼ਾ ਹਰ ਸੁਖ ਟੀਵੀ ਦੀ ਇੱਕ ਖਾਸ ਰਿਪੋਰਟ ਹਰ ਸਟੂਡੈਂਟ ਨੂੰ ਇਗਜ਼ਾਮ ਚ ਫੇਲ ਹੋਣ ਦਾ ਤੇ ਘੱਟ ਨੰਬਰ ਲੈਣ ਦਾ ਡਰ ਹੁੰਦਾ ਇਸ ਲਈ ਚੰਗੇ ਨੰਬਰ ਲੈਣ ਲਈ ਉਹ ਦਿਨ ਰਾਤ ਮਿਹਨਤ ਕਰਦੇ ਨੇ ਪਰ ਕੈਲੀਫੋਰਨੀਆ ਦੇ ਇੱਕ ਸਕੂਲ ਚ ਹੈ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਸ਼ਾਇਦ ਤੁਸੀਂ ਵੀ ਹੈਰਾਨ ਰਹਿ ਜਾਓਗੇ ਦਰਸਲ ਇੱਕ ਮਹਿਲਾ ਟੀਚਰ ਨੇ ਆਪਣਾ ਫਰਮਾਨ ਜਾਰੀ ਕਰਦੇ ਹੋਏ ਕਲਾਸ ਐਲਾਨ ਕੀਤਾ ਕਿ ਜੇਕਰ ਕੋਈ ਸਟੂਡੈਂਟ ਕਲਾਸ ਦੇ ਦੌਰਾਨ ਬਾਥਰੂਮ ਨਹੀਂ ਜਾਵੇਗਾ ਤਾਂ ਉਸ ਨੂੰ ਐਕਸਟਰਾ ਮਾਰਕਸ ਦਿੱਤੇ ਜਾਣਗੇ। ਇੰਨਾ ਹੀ ਨਹੀਂ ਉਸ ਟੀਚਰ ਨੇ ਇਹ ਬੱਚਿਆਂ ਨੂੰ ਬਾਥਰੂਮ ਪਾਸ ਵੀ ਜਾਰੀ ਕਰ ਦਿੱਤੇ। ਜਦੋਂ ਸਟੂਡੈਂਟਸ ਦੇ ਮਾਪਿਆਂ ਨੇ ਇਸ ਬਾਰੇ ਪਤਾ ਲੱਗਾ ਤੇ ਉਹਨਾਂ ਨੇ ਇਸ ਤੇ ਇਤਰਾਜ਼ ਕੀਤਾ ਅਤੇ ਇਹਨਾਂ ਵਿੱਚੋਂ ਇੱਕ ਮਾਪਿਆਂ ਨੇ ਸੋਸ਼ਲ ਮੀਡੀਆ ਤੇ ਇਸ ਪੋਸਟ ਨੂੰ ਸ਼ੇਅਰ ਕੀਤਾ। ਇਹ ਪੋਸਟ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਤੇ ਲੋਕਾਂ ਦੇ ਵੱਖ-ਵੱਖ ਪ੍ਰਤੀਕਿਰਿਆ ਭਾਵ ਕਮੈਂਟ ਵੀ ਆ ਰਹੇ ਨੇ। ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਇਸ ਟੀਚਰ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਕਈ ਲੋਕਾਂ ਦਾ ਕਹਿਣਾ ਹੈ ਕਿ ਟੀਚਰ ਦੇ ਇਸ ਰਵੱਈਏ ਤੇ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਹ ਬੱਚਿਆਂ ਦੀ ਸਿਹਤ ਤੇ ਬੁਰਾ ਅਸਰ ਪਾਵੇਗਾ। ਇੱਕ ਯੂਜ਼ਰ ਨੇ ਲਿਖਿਆ ਕਿ ਪੂਰੀ ਕਲਾਸ ਨੂੰ ਕੰਟਰੋਲ ਕਰਨਾ ਇੰਨਾ ਆਸਾਨੀ ਅਤੇ ਉਹਨਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਅਜਿਹੀ ਸਮੱਸਿਆ ਦਾ ਸਾਹਮਣਾ ਕਰੀ ਇੱਕ ਸਟੂਡੈਂਟਸ ਦੀ ਮਾਂ ਨੇ ਲਿਖਿਆ ਕਿ ਮੇਰੀ ਬੇਟੀ ਨੇ 3 ਮਿੰਟਾਂ ਲਈ ਬਾਥਰੂਮ ਬੰਦ ਕਰ ਦਿੱਤਾ ਸੀ। ਇਹ ਨਿਯਮ ਬੰਦ ਹੋਣੇ ਚਾਹੀਦੇ ਨੇ। ਇਸ ਪੋਸਟ ਤੇ ਕਈ ਮਾਪਿਆਂ ਨੇ ਵਕ-ਵਕ ਰੂਲਸ ਬਾਰੇ ਬੇਗੁੱਸਾ ਜ਼ਾਹਿਰ ਕੀਤਾ ਅਤੇ ਬੱਚਿਆਂ ਦੀ ਲਾ ਦਿੱਤਾ ਕਈਆਂ ਨੇ ਲਿਖਿਆ ਕਿ ਸਕੂਲ ਪ੍ਰਸ਼ਾਸਨ ਨੂੰ ਇਸ ਟੀਚਰ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਹੈ ਅਤੇ ਨੀਮਾਂ ਦੀ ਤੁਰੰਤ ਪਾਲਣਾ ਕਰਨੀ ਚਾਹੀਦੀ ਹੈ ਅਜੀਬ ਵੱਖ-ਵੱਖ ਰੂਲ ਬਣਾ ਕੇ ਬੱਚਿਆਂ ਨੂੰ ਡਰਾਇਆ ਜਾ ਰਿਹਾ ਹੈ ਅਤੇ ਉਹਨਾਂ ਦੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਅਧਿਆਪਕ ਦੀ ਬਾਥਰੂਮ ਦੀ ਨੀਤੀ ਉਦੋਂ ਸਾਹਮਣੇ ਆਈ ਜਦੋਂ ਇੱਕ ਮਾਂ ਨੇ ਇਹ ਸਭ ਪੋਸਟ ਕਰਕੇ ਲਿਖਿਆ ਕਿ ਮੈਂ ਮੇਰੀ ਬੱਚੀ ਦੇ ਸਕੂਲ ਦੇ ਵਿੱਚ ਇਹ ਸਭ ਕੁਝ ਹੋ ਰਿਹਾ ਹੈ ਮੇਰੀ ਬੇਟੀ ਦੇ ਮਹਿਦੀ ਟੀਚਰ ਦਾ ਇੱਕ ਨਿਯਮ ਹੈ ਕਿ ਹਰ ਹਫਤੇ ਬੱਚਿਆਂ ਨੂੰ ਬਾਥਰੂਮ ਪਾਸ ਮਿਲਦੇ ਨੇ ਜੇਕਰ ਉਹ ਇਸ ਦੀ ਵਰਤੋਂ ਨਹੀਂ ਕਰਦੇ ਤਾਂ ਉਹਨਾਂ ਨੂੰ ਇਗਜ਼ਾਮ 'ਚ ਐਕਸਟਰਾ ਨੰਬਰ ਮਿਲਦੇ ਆ ਇਸ ਤੇ ਗੁੱਸੇ ਚ ਪਰ ਮੇਰੀ ਧੀ ਬਹੁਤ ਗੁੱਸੇ ਆ ਕਿਉਂਕਿ ਮੈਂ ਟੀਚਰ ਅਤੇ ਪ੍ਰਿੰਸੀਪਲ ਨੂੰ ਈਮੇਲ ਪੇਜੀ ਹੈ ਕਿ ਮੈਂ ਗਲਤ ਹਾਂ ਇਹ ਪੋਸਟ 5 ਸਤੰਬਰ ਨੂੰ ਸ਼ੇਅਰ ਕੀਤੀ ਗਈ ਸੀ ਜਿਸ ਨੂੰ ਹੁਣ ਤੱਕ 16 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਨੇ ਇਹ ਪੋਸਟ ਨੂੰ ਲੈ ਕੇ ਲੋਕਾਂ ਚ ਉਸ ਟੀਚਰ ਦੇ ਪ੍ਰਤੀ ਬਹੁਤ ਜ਼ਿਆਦਾ ਗੁੱਸਾ ਹੈ ਕਿਉਂਕਿ ਉਹ ਬੱਚਿਆਂ ਦੀ ਸਿਹਤ ਦੇ ਨਾਲ ਖਿਲਵਾੜ ਕਰ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਜੇਕਰ ਟੀਚਰ ਹੀ ਆਪਣੇ ਸਟੂਡੈਂਟਸ ਦੇ ਨਾਲ ਇਸ ਤਰ੍ਹਾਂ ਦਾ ਖਿਲਵਾੜ ਕਰਦੇ ਪਏ ਨੇ ਤਾਂ ਫਿਰ ਸੁਰੱਖਿਆ ਥਾਂ ਕਿਹੜੀ ਹੈ ਜਿੱਥੇ ਆਪਾਂ ਆਪਣੇ ਬੱਚਿਆਂ ਨੂੰ ਬੇਖੌਫ ਹੋ ਕੇ ਭੇਜ ਸਕਦੇ ਹਾਂ